ਡਾਕਟਰ ਨਿਰਿੰਦਰ ਸਿੰਘ ਕਪੂਰ ਦਾ ਵਿਚਾਰ ਆਲੂ ਵਿਚਾਰ ਆਲੂ ਹੈ ਤਾਂ ਸਾਹਿਬ ਪਰ ਹਰ ਕੋਈ ਇਹਨੂੰ ਵਿਚਾਰ ਹੀ ਸਮਝਦਾ ਹੈ ਗੁਣਾ ਦੇ ਪੱਖੋਂ ਆਲੂ ਬੜਾ ਅਮੀਰ ਹੈ ਪਰ ਇਸ ਪ੍ਰਤੀ ਵਿਹਾਰ ਹਰ ਕੋਈ ਲਾਪਰਵਾਹੀ ਵਾਲਾ ਕਰਦਾ ਹੈ ਆਲੂ ਕੋਲ ਫੜ ਮਾਰਨ ਲਈ ਕੁਝ ਨਹੀਂ ਨਾ ਇਹਨੂੰ ਵਿਰਸੇ ਦਾ ਮਾਣ ਹੈ ਨਾ ਰੁਤਬੇ ਦਾ ਮੰਡ ਆਲੂ ਨੂੰ ਮੋਰੀ ਸਥਾਨ ਕਿਧਰੇ ਨਹੀਂ ਮਿਲਦਾ ਕਿਉਂਕਿ ਹਰ ਵਾਰੀ ਇਹਨੂੰ ਕਿਸੇ ਹੋਰ ਸਬਜੀ ਦਾ ਪਿਛ ਲੱਗ ਬਣਾ ਦਿੱਤਾ ਜਾਂਦਾ ਹੈ ਆਮ ਸਧਾਰਨ ਪਰਿਵਾਰਾਂ ਦਾ ਆਹਾਰ ਹੋਣ ਕਾਰਨ ਆਲੂ ਵਿਸ਼ੇਸ਼ ਨਹੀਂ ਬਣ ਸਕਿਆ ਕਿਸੇ ਚੀਜ਼ ਦਾ ਮਹੱਤਵ ਉਦੋਂ ਬਣਦਾ ਹੈ ਜਦੋਂ ਦੂਰ ਤੋਂ ਆਵੇ ਥੋੜੀ ਹੋਵੇ ਮਹਿੰਗੀ ਹੋਵੇ ਅਮੀਰਾਂ ਦੀ ਪਸੰਦ ਹੋਵੇ ਹਰ ਕਿਸੇ ਦੀ ਲੋੜ ਪੂਰੀ ਕਰਨ ਦੇ ਪੱਖੋਂ ਆਲੂ ਪ੍ਰਵਾਨਤਾ ਹੋਇਆ ਹੈ ਪਰ ਇਸ ਨੂੰ ਉਹ ਮਹੱਤਵ ਨਹੀਂ ਮਿਲਿਆ ਜਿਹਦਾ ਇਹ ਹੱਕਦਾਰ ਹੈ ਕਾਰਨ ਇਹ ਹੈ ਕਿ ਜਿਹੜੀ ਚੀਜ਼ ਸਧਾਰਨ ਲੋਕਾਂ ਨਾਲ ਜੁੜ ਜਾਏ ਉਹਦਾ ਦਰਜਾ ਨੀਵਾ ਹੋ ਜਾਂਦਾ ਹੈ ਮਾਮਾ ਮਟਰ ਗੋਭੀ ਮਾਸੀ ਆਦ ਰਿਸ਼ਤੇਦਾਰ ਸਬਜ਼ੀਆਂ ਫ੍ਰਿਜ ਚ ਮੋਜਾ ਮੰਨਦੀਆਂ ਪਰ ਆਲੂ ਨੂੰ ਭਰਾ ਪਿਆਜ਼ ਨਾਲ ਸ਼ਰਨਾਰਥੀਆਂ ਵਾਂਗ ਬਾਹਰ ਹੀ ਰੋਲਣਾ ਪੈਂਦਾ ਹੈ ਆਲੂ ਦੇ ਨੀਵੇਂ ਰੁਤਬੇ ਕਾਰਨੀ ਜੇ ਕਿਸੇ ਨੂੰ ਕ੍ਰੂਪ ਦੱਸਣਾ ਹੋਵੇ ਤਾਂ ਕਿਹਾ ਜਾਂਦਾ ਤੇਰਾ ਚਿਹਰਾ ਆਲੂ ਵਰਗਾ ਹੈ ਤੇ ਜੇ ਕਿਸੇ ਚੀਜ਼ ਨੂੰ ਬੇਸਵਾਦ ਦੱਸਣਾ ਹੋਵੇ ਤਾਂ ਕਹਿੰਦੇ ਉਹ ਤਾਂ ਆਲੂ ਵਾਂਗ ਫਿੱਕੀ ਹੈ ਆਲੂ ਦੀ ਪ੍ਰਸ਼ੰਸਾ ਕਿਧਰੇ ਨਹੀਂ ਹੋਈ ਇਹਦੀ ਆਲੋਚਨਾ ਕਰਨੀ ਤੇ ਇਹਨੂੰ ਨਜ਼ਰਅੰਦਾਜ਼ ਕਰਨਾ ਹਰ ਕਿਸੇ ਦੀ ਆਦਤ ਹੈ ਹੁਣ ਆਲੂ ਦੀ ਕਿਸਮਤ ਬਦਲਣ ਵਾਲੀ ਹੈ ਇਹਦੇ ਵन्स ਉਹਨੇ ਤੇ ਸਵਾਦੀ ਪਕਵਾਨ ਬੜੇ ਉੱਚੇ ਮੁੱਲ ਤੇ ਵਿਕਣ ਲੱਗ ਪਏ ਹਨ ਤੇ ਵੱਡੀਆਂ ਕੰਪਨੀਆਂ ਇਸ ਤੇ ਦਿਲਚਸਪੀ ਲੈਣ ਲੱਗ ਪਈਆਂ ਹਨ ਆਲੂ ਨੇ ਵਿਸ਼ਵ ਇਤਿਹਾਸ 'ਚ ਬੜਾ ਯੋਗਦਾਨ ਪਾਇਆ ਕਿਉਂਕਿ ਇਸ ਨੇ ਕਈ ਦੇਸ਼ਾਂ ਦੇ ਨਕਸ਼ੇ ਬਦਲ ਦਿੱਤੇ ਜਿਵੇਂ ਸੰਸਾਰ ਦੀ ਖਾਦ ਸਮੱਸਿਆ ਹੱਲ ਕਰਨ 'ਚ ਚਾਵਲ ਨੇ ਕਣਕ ਦਾ ਸਾਥ ਦਿੱਤਾ ਓਵੇਂ ਸੰਸਾਰ 'ਚ ਭੁੱਖ ਦੀ ਸਮੱਸਿਆ ਦੇ ਸਮਾਧਾਨ ਵਿੱਚ ਹਰ ਪਕਵਾਨ ਨੂੰ ਮੋੜਾ ਦੇ ਕੇ ਆਲੂ ਨੇ ਬੜਾ ਸਹਿਯੋਗ ਦਿੱਤਾ। ਜੇ ਆਲੂ ਨਾ ਹੁੰਦਾ ਤਾਂ ਜੋਕਾ ਸੰਸਾਰ ਹੋਰ ਕਿਸਮ ਦਾ ਹੋਣਾ ਸੀ। ਆਲੂ ਨੇ ਮਨੁੱਖੀ ਜਾਤੀ ਦੀ ਭੁੱਖ ਤੋਂ ਰੱਖਿਆ ਹੀ ਨਹੀਂ ਕੀਤੀ। ਇਹਨੇ ਹਰੇਕ ਵਿਅਕਤੀ ਦੀ ਸਰੀਰ ਊਰਜਾ ਦਾ ਪੱਧਰ ਵੀ ਉੱਚਾ ਚੁੱਕਿਆ। ਇਹਨੇ ਮਨੁੱਖੀ ਡੀਲ ਡਾਲ ਨੂੰ ਸੁਧਾਰਿਆ, ਸੰਵਾਰਿਆ ਹੀ ਨਹੀਂ। ਜੀਵਨ ਪ੍ਰਤੀ ਮਨੁੱਖ ਦਾ ਦ੍ਰਿਸ਼ਟੀਕੋਣ ਵੀ ਬਦਲਿਆ। ਯੁੱਧ ਦੌਰਾਨ ਆਲੂ ਬੜੇ ਕੰਮ ਦੀ ਚੀਜ਼ ਬਣ ਜਾਂਦਾ ਹੈ। ਸ਼ਾਂਤੀ ਦੌਰਾਨ ਇਸ ਸਵਾਦ ਨਾਲ ਖਾਦੇ ਜਾਣ ਵਾਲੇ ਕਈ ਪ੍ਰਕਾਰ ਦੇ ਪਕਵਾਨ ਬਣਦਾ ਹੈ ਜੇ ਵਿਸ਼ਾਲ ਦ੍ਰਿਸ਼ਟੀ ਨਾਲ ਵੇਖਿਆ ਜਾਏ ਤਾਂ ਸਾਡੇ ਨਿੱਤਾ ਪ੍ਰਤੀ ਦੇ ਜੀਵਨ ਚ ਰੌਣਕ ਪਰੌਂਠਿਆਂ ਪਕੌੜਿਆਂ ਟਿੱਕੀਆਂ ਸਮੋਸਿਆਂ ਆਦਿ ਲਈ ਹੋਈ ਹੈ ਜਦੋਂ ਸਾਰੀਆਂ ਸਬਜ਼ੀਆਂ ਬੇਦਾਵਾ ਲਿਖ ਕੇ ਬੇਵਫਾ ਹੋ ਜਾਂਦੀਆਂ ਤਾਂ ਵੀ ਵਫਾਦਾਰੀ ਕੇਵਲ ਆਲੂ ਹੀ ਨਿਭਾਉਂਦਾ ਹੈ ਭੋਜਨ ਦੇ ਥੋੜ੍ਹ ਦੌਰਾਨ ਘਰ ਚ ਜੇ ਆਲੂ ਹੋਣ ਤਾਂ ਪਰਿਵਾਰ ਦਾ ਹੌਸਲਾ ਬਣਿਆ ਰਹਿੰਦਾ ਹੈ ਭੁੱਖ ਦਾ ਸਾਹਮਣਾ ਜਿੰਨੀ ਬਹਾਦਰੀ ਨਾਲ ਆਲੂ ਕਰਦਾ ਕੋਈ ਹੋਰ ਸਬਜ਼ੀ ਨਹੀਂ ਕਰਦੀ ਇਹ ਕਿਸਾਨਾਂ ਤੇ ਮਜ਼ਦੂਰਾਂ ਚ ਖੁੱਲ ਕੇ ਵਰਤਾਇਆ ਤੇ ਖਾਦਾ ਜਾਂਦਾ ਹੈ। ਆਲੂਆਂ ਨਾਲ ਸੰਸਾਰ ਦੀ ਕੋਈ ਵੱਡੀ ਰਾਜਨੀਤਿਕ ਸਮੱਸਿਆ ਤਾਂ ਹੱਲ ਨਹੀਂ ਕੀਤੀ ਜਾ ਸਕਦੀ। ਪਰ ਜੇ ਇਹ ਦੀ ਥੋੜ੍ਹ ਹੋ ਜਾਏ ਤਾਂ ਸਮਾਜ ਦਾ ਆਮਨ ਚੈਨ ਵਿਗੜਨ ਲੱਗ ਪੈਂਦਾ ਹੈ ਤੇ ਬਾਕੀ ਸਬਜ਼ੀਆਂ ਤੇ ਦਾਲਾਂ ਆਦਿ ਧਮਕੀਆਂ ਦੇਣ ਲੱਗ ਪੈਂਦੀਆਂ ਹਨ। ਜੀਵਨ ਵਿੱਚ ਵਿਆਹ ਵਾਂਗ ਹੀ ਆਲੂ ਦਾ ਬੜਾ ਮਖੌਲ ਉਡਾਇਆ ਜਾਂਦਾ ਹੈ। ਪਰ ਨਾ ਵਿਆਹਾਂ ਬਿਨਾ ਜੀਵਨ ਚੱਲਦਾ ਨਾ ਆਲੂ ਬਿਨਾਂ ਰਸੋਈ ਚੱਲਦੀ ਹੈ। ਆਲੂ ਅਕਸਰ ਇਕੱਲਾ ਨਹੀਂ ਹੁੰਦਾ। ਇਹ ਹੋਰ ਸਬਜ਼ੀਆਂ ਨਾਲ ਸਾਂਝ ਪਾਈ ਰੱਖਦਾ ਹੈ ਗਰੀਬ ਦੇਸ਼ਾਂ ਵਿੱਚ ਪਰਿਵਾਰ ਵੱਡੇ ਹੁੰਦੇ ਹਨ ਸੋ ਜੋ ਕੁਝ ਵੀ ਰੰਨੇ ਆ ਪਕਾਇਆ ਜਾਂਦਾ ਉਸ ਚਾਲੂ ਪਾ ਕੇ ਉਹਦਾ ਆਕਾਰ ਵਧਾਇਆ ਜਾਂਦਾ ਹੈ ਏਸ਼ੀਆਈ ਦੇਸ਼ਾਂ 'ਚ ਤਰੀ ਵਾਲੀਆਂ ਸਬਜ਼ੀਆਂ ਦੇ ਰਿਵਾਜ ਦਾ ਇਹੀ ਕਾਰਨ ਹੈ ਤਾਂ ਕਿ ਸਬਜ਼ੀ ਆਕਾਰ ਮਾਤਰਾ ਦੇ ਪੱਖੋਂ ਵੱਧ ਜਾਏ ਤੇ ਬਧੇਰੇ ਵਿਅਕਤੀਆਂ ਨੂੰ ਵਰਤਾਈ ਜਾ ਸਕੇ ਇਹ ਹੋਟਲਾਂ 'ਚ ਘੱਟ ਹੀ ਬਣਦਾ ਪਰ ਘਰਾਂ 'ਚ ਬਣਦਾ ਹੀ ਰਹਿੰਦਾ ਹੈ ਇਹ ਹਰ ਸਬਜ਼ੀ ਵਿੱਚ ਹਰਮੋਨੀਅਮ ਨਾਲ ਤਬਲੇ ਵਾਂਗ ਹਾਜ਼ਰ ਰਹਿੰਦਾ ਹੈ ਆਲੂ ਦਾ ਬੜਾ ਲੰਮਾ ਇਤਿਹਾਸ ਹੈ ਇਹਦਾ ਜਨਮ ਦੱਖਣੀ ਅਮਰੀਕਾ ਦੇ ਮਹਾਦੀਪ 'ਚ ਹੋਇਆ ਜਿੱਥੇ ਪੀਰੂ ਤੇ ਚਿੱਲੀ 'ਚ ਇਹ ਪੂਰਵ ਈਸਵੀ ਤੋਂ ਵੀ 5 ਸਦੀਆਂ ਪਹਿਲਾਂ ਖਾਧਾ ਜਾਂਦਾ ਸੀ ਮੁੱਢ ਵਿੱਚ ਆਲੂ ਖਾਣ ਤੋਂ ਪਹਿਲਾਂ ਪੂਜਿਆ ਜਾਂਦਾ ਸੀ ਉਦੋਂ ਆਲੂ ਦਾ ਆਚਾਰ ਪਾ ਕੇ ਵੀ ਰੱਖਿਆ ਜਾਂਦਾ ਸੀ ਇਹਨੂੰ ਮਟਰਾਂ ਵਾਂਗ ਸੁਕਾ ਕੇ ਸੰਭਿਆ ਜਾਂਦਾ ਸੀ ਜਦੋਂ ਕੋਈ ਲੰਮੀ ਯਾਤਰਾ ਤੇ ਜਾਂਦਾ ਸੀ ਤਾਂ ਸੁੱਕੇ ਆਲੂ ਨਾਲ ਲੈ ਕੇ ਜਾਂਦਾ ਸੀ ਮਲਾਹਾਂ 'ਚ ਬੜਾ ਹਰਮਨ ਪਿਆਰਾ ਸੀ ਆਲੂ ਸਪੇਨ ਡਰਾਈ ਇੰਗਲੈਂਡ ਆਦ ਵਿੱਚ 16ਵੀਂ ਸਦੀ ਵਿੱਚ ਪਹੁੰਚਿਆ ਸੀ ਭਾਰਤ ਵਿੱਚ ਆਲੂ ਸਪੇਨ ਡਰਾਈ ਇੰਗਲੈਂਡ ਦੇ ਪ੍ਰਭਾਵ ਦੇ ਨੱਪੜਿਆ ਸੀ ਆਲੂ ਹੁਣ ਸੰਸਾਰ ਦੇ ਹਰ ਦੇਸ਼ ਦਾ ਵਾਸੀ ਹੈ ਮੁੱਢ ਵਿੱਚ ਕਈ ਦੇਸ਼ਾਂ ਚਾਲੂ ਸੁੱਟ ਦਿੱਤੇ ਜਾਂਦੇ ਸੀ ਤੇ ਇਹਨਾਂ ਦੇ ਪੱਤੇ ਉਹ ਵਾਲੇ ਜਾਂਦੇ ਸੀ ਜਿਹੜੇ ਜ਼ਹਿਰੀਲੇ ਹੋਣ ਕਾਰਨ ਆਲੂ ਦੀ ਭੰਡੀ ਦਾ ਕਾਰਨ ਬਣੇ ਤੇ ਇਹਨੂੰ ਜ਼ਹਿਰੀਲਾ ਤੇ ਸ਼ੈਤਾਨੀ ਬੂਟਾ ਕਿਹਾ ਗਿਆ ਜਿਸ ਤੇ ਕੋੜ ਦਾ ਰੋਗ ਉਪਜਾਨ ਖਾਂਸੀ ਲਾਉਣ ਮੌਤ ਦਾ ਕਾਰਨ ਬਣਨ ਦੇ ਦੂਸ਼ ਲੱਗੇ 16ਵੀਂ ਸਦੀ 'ਚ ਇੱਕ ਵੱਡੇ ਮਲਾਂ ਨੇ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥੀ ਸ਼ਾਹੀ ਰਸੋਈ ਨੂੰ ਪਹਿਲੀ ਵਾਰ ਜਦੋਂ ਆਲੂ ਪੇਟ ਕੀਤੇ ਤਾਂ ਖਾਨ ਸਾਹਮਿਆਂ ਨੇ ਆਲੂ ਸੁੱਟ ਦਿੱਤੇ ਤੇ ਪੱਤੇ ਉਬਾਲ ਦਿੱਤੇ ਜਿਨ੍ਹਾਂ ਨੂੰ ਪੇਨ ਨਾਲ ਸਾਰੇ ਬਿਮਾਰ ਹੋ ਗਏ ਤੇ ਇੱਕ ਸ਼ਾਹੀ ਫੁਰਮਾਨ ਨਾਲ ਆਲੂ ਤੇ ਪਾਬੰਦੀ ਲਾਈ ਗਈ ਫਰਾਂਸ ਵਿੱਚ ਚਾਲੂ ਖਾਣ ਨਾਲ ਕੋੜ ਹੋਣ ਦੀਆਂ ਵਾਹਾਂ ਫੈਲੀਆਂ ਕਿਉਂਕਿ ਆਲੂਆਂ ਦੀ ਸ਼ਕਲ ਕੋੜੀਆਂ ਦੀ ਚਮੜੀ ਤੇ ਫੋੜਿਆਂ ਵਰਗੀ ਸੀ। ਫਰਾਂਸ ਵਿੱਚ ਪਾਰਲੀਮੈਂਟ ਨੇ ਸਰਬਸੰਮਤੀ ਨਾਲ ਇਸ ਤੇ ਪਾਬੰਦੀ ਲਾਈ। ਇੰਗਲੈਂਡ ਫਰਾਂਸ ਵੱਲੋਂ ਆਲੂ ਸਪੇਨ ਤੋਂ ਔਣ ਕਰਕੇ ਇਹ ਦੇ ਵਿਰੋਧਤਾ ਦਾ ਇੱਕ ਕਾਰਨ ਇਹ ਸੀ ਕਿ ਸਪੇਨ ਨੂੰ ਫਰਾਂਸ ਤੇ ਇੰਗਲੈਂਡ ਦੋਵੇਂ ਨਫ਼ਰਤ ਕਰਦੇ ਸੀ। ਇਵੇਂ ਆਲੂ ਨੂੰ ਜ਼ਹਿਰੀਲਾ ਕੋੜ ਫੈਲਾਉਣ ਵਾਲਾ ਹੀ ਨਾ ਕਿਹਾ ਗਿਆ ਸਗੋਂ ਇਹ ਵੀ ਅਫਵਾਹ ਫੈਲੀ ਕਿ ਜ਼ਮੀਨ ਨੂੰ ਖਰਾਬ ਕਰਦਾ ਹੈ। ਇਸਤਰੀਆਂ ਨੂੰ ਇਹ ਪਰੰਸੀ ਕਿ ਗਰਭ ਦੌਰਾਨ ਆਲੂ ਖਾਣ ਨਾਲ ਬੱਚੇ ਦਾ ਸਿਰ ਵੱਡਾ ਹੋ ਜਾਂਦਾ ਹੈ ਤੇ ਉਹਨੂੰ ਜਨਮ ਦਿਨ ਸਮੇਂ ਮਾਂ ਦੀ ਮੌਤ ਹੋ ਜਾਂਦੀ ਹੈ। ਸਪਸ਼ਟ ਹੈ ਕਿ ਮੁੱਢ ਵਿੱਚ ਆਲੂ ਨੂੰ ਸਾਰੇ ਵਿਸ਼ਵ ਵਿੱਚ ਭਾਂਤ ਭਾਂ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ ਸੀ। ਯੂਰਪ ਵਿੱਚ ਜਿਸ ਕਿਸੇ ਨੇ ਆਂਡ ਗਵਾਂਡ ਵਿੱਚ ਜੇ ਕਿਸੇ ਪ੍ਰਤੀ ਨਫ਼ਰਤ ਪ੍ਰਗਟਾਉਣੀ ਹੁੰਦੀ ਸੀ ਤਾਂ ਰਾਤ ਦੇ ਹਨੇਰੇ 'ਚ ਉਹਦੇ ਦਰਵਾਜ਼ੇ ਅੱਗੇ ਆਲੂ ਦੇ ਛਿਲਕੇ ਸੁੱਟਾਉਂਦਾ ਸੀ। ਆਲੂ ਬਾਰੇ ਪਰੰਪੁਰ ਲੇਖੇ ਦੂਰ ਕਰਨ 'ਚ ਲਗਭਗ ਇੱਕ ਸਦੀ ਲੱਗੀ। ਜਦੋਂ ਆਲੂ ਦਾ ਮਹੱਤਵ ਸਮਝ ਲਿਆ ਗਿਆ ਤਾਂ ਫਰਾਂਸ ਦੇ ਬਾਦਸ਼ਾਹ ਲਈ 16ਵੀਂ ਨਹੀਂ 18ਵੀਂ ਸਦੀ ਦੇ ਦੂਜੇ ਅਧ ਵਿੱਚ ਪੈਰਿਸ ਤੋਂ ਬਾਹਰਲੇ ਪਾਸੇ 100 ਏਕੜ ਜ਼ਮੀਨ ਆਲੂ ਬੀਜਣ ਲਈ ਦਿੱਤੀ ਇਸ ਫਸਲ ਦੀ ਰਾਖੀ ਲਈ ਪੈਰਾ ਲਾਇਆ ਗਿਆ ਪੈਰਾ ਲੱਗਣ ਕਾਰਨ ਨੇੜਲੇ ਇਲਾਕਿਆਂ ਦੇ ਕਿਸਾਨਾਂ ਵਿੱਚ ਇਸ ਫਸਲ ਸੰਬੰਧੀ ਦਿਲਚਸਪੀ ਜਾਗੀ ਕਿਸਾਨ ਆਲੂ ਚੋਰੀ ਕਰਕੇ ਆਪਣੇ ਖੇਤਾਂ 'ਚ ਬੀਜਣ ਲੱਗ ਪਏ ਤੇ ਆਲੂ ਪ੍ਰਵਾਨਤ ਹੋ ਗਿਆ ਫਰਾਂਸ ਵਿੱਚ ਹੁਣ ਵੀ ਆਲੂਆਂ ਦੇ ਵੇਪਹਿਨ ਪਗਵਾਨਾ ਦੇ ਨਾਂ ਲਈ ਬਾਦਸ਼ਾਹ ਦੇ ਨਾਂ ਨਾਲ ਜੁੜੀ ਹੋਈ ਹੈ ਆਲੂਆਂ ਦੀਆਂ ਫ੍ਰੈਂਚ ਫ੍ਰਾਈਜ਼ ਅਜੋਕੇ ਸੰਸਾਰ 'ਚ ਸਵਾਦ ਨਾਲ ਖਾਧੀਆਂ ਜਾਂਦੀਆਂ ਹਨ ਜਰਮਨੀ ਦੇ ਬਾਦਸ਼ਾਹ ਫ੍ਰੈਡਰਿਕ ਨੇ ਜਦੋਂ ਇੱਕ ਵਾਰੀ ਆਪਣੇ ਵਿਰੋਧੀਆਂ ਨੂੰ ਕੈਦੀ ਬਣਾ ਕੇ ਖੇਤਾਂ 'ਚ ਵਗਾਰ ਲਾਈ ਤੇਨਾਂ ਦੀ ਸਿਹਤ ਪਹਿਲਾਂ ਨਾਲੋਂ ਚੰਗੀ ਹੋ ਗਈ ਕਾਰਨ ਇਹ ਸੀ ਕਿ ਇਹ ਆਲੂ ਭੁੰਨ ਕੇ ਖਾਣ ਲੱਗ ਪਏ ਸੀ ਫਿਰ ਉਹਨੇ ਵੱਡੀ ਪੱਧਰ ਤੇ ਆਲੂ ਲਗਵਾਏ ਜਦੋਂ ਫ੍ਰੈਡਰਿਕ ਨੇ ਇੱਕ ਇਲਾਕੇ 'ਚ ਭੁੱਖ ਮਰੀ ਦਾ ਸ਼ਿਕਾਰ ਕਿਸਾਨਾਂ ਲਈ ਸ਼ਾਈ ਭੰਡਾਰ ਚੋਂ ਆਲੂ ਭੇਜੇ ਤਾਂ ਨਾਲ ਆਲੂ ਖਾਣ ਵਾਲੇ ਫੌਜੀ ਵੀ ਭੇਜੇ ਜਿਨ੍ਹਾਂ ਨੂੰ ਆਲੂ ਖਾਂਦਿਆਂ ਵੇਖ ਕੇ ਕਿਸਾਨ ਪਹਿਲਾਂ ਆਲੂ ਖਾਣ ਤੇ ਫਿਰ ਉਗਾਉਣ ਲੱਗ ਪਏ ਹੌਲੀ ਹੌਲੀ ਯੂਰਪ ਵਿੱਚ ਆਲੂ ਨੂੰ ਬਾਗ ਚ ਉਗਾਈ ਜਾਣ ਵਾਲੀ ਸਭ ਤੋਂ ਵਧੀਆ ਖੁਰਾਕ ਕਿਹਾ ਜਾਣ ਲੱਗ ਪਿਆ ਸੀ ਧੰਨਵਾਦ ਚਲ